شوبر ساتغور جي اوغن نيم بوتي ساتغور جي بوتي نيم اوغن نيم سات گرو جی بہتے نے شو میرے سات گرو جی بہتے نے اون میرے پاک شو میرے سات گرو جی بہتے نے اون میرے پاک شو میرے سات گرو جی ترجمة نانسي قنقر
Oh,
ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਉਤਮ ਉਪਰਾਲਾ ਕੀਤਾ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਉੱਤਮ ਭਾਗ ਨੇ ਉੱਤਮ ਕਰਮ ਨੇ ਤੁਹਾਡੇ ਨਗਰ ਦੇ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਤਰ ਸਿੰਘ ਮਹਾਰਾਜ ਉਸ ਤੋਂ ਉਪਰੰਤ ਸੰਤ ਬਾਬਾ ਵਿਸ਼ਨ ਸਿੰਘ ਮਹਾਰਾਜ ਕਾਂਝਲੇਵਾਲ ਜਿਨ੍ਹਾਂ ਦੀ ਯਾਦ ਵਿੱਚ ਆਪ ਜੀ ਜੁੜੇ ਹੋ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਕਬੀਰ ਸਾਹਿਬ ਕਹਿੰਦੇ ਚੰਦਨ ਵਿੱਚ ਇਹ ਗੁਣ ਹੈ ਚੰਦਨ ਵਿੱਚ ਇਹ ਸਿਫਤ ਹੈ ਜਿਹੜਾ ਵੀ ਚੰਦਨ ਦੀ ਸੰਗਤ ਕਰਦਾ ਹੈ ਨਾ ਚੰਦਨ ਵੱਲੋਂ ਸਾਹ ਸੰਗਤ ਦੀ ਮਹਿਕਾਂ ਵੰਡਦਾ ਹੈ ਭਾਵੇਂ ਕੌੜਾ ਨਿੰਮ ਹੋਵੇ ਭਾਵੇਂ ਢਾਕ ਪਲਾਸ ਵਰਗੇ ਨੀਵੇਂ ਬਿਰਸ਼ ਹੋਣ ਪਰ ਚੰਦਨ ਵਿੱਚ ਸਿਫਤ ਗੁਣ ਹੈ ਜਿਹੜਾ ਉਹਦੇ ਨੇੜੇ ਵੱਸਦਾ ਹੈ ਅਤੇ ਉਹਦੇ ਵਿੱਚੋਂ ਸੁਗੰਧੀ ਆਉਣ ਲਾ ਦਿੰਦਾ ਵਸੇ ਜੋ ਚੰਦਨ ਪਾਸ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਰਹੇ ਸੰਤ ਬਾਬਾ ਬਿਸ਼ਨ ਸਿੰਘ ਮਹਾਰਾਜ ਕਾਂਝਲੇ ਵਾਲੇ ਅਤੇ ਸਾਧ ਸੰਗਤ ਦੀ ਜਿਵੇਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀਆਂ ਦੇ ਜੀਵਨ ਦੇ ਵਿੱਚੋਂ ਮਹਿਕਾਂ ਉੱਠਦੀਆਂ ਸਨ ਜੀਵਨ ਵਿੱਚੋਂ ਮਹਿਕਾਂ ਉੱਠਦੀਆਂ ਸਨ ਅਤੇ ਸੰਗਤਾਂ ਆਨੰਦ ਮਾਣਦੀਆਂ ਸਨ ਅਤੇ ਉਸੇ ਤਰ੍ਹਾਂ ਹੀ ਸੰਤ ਬਾਬਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚੋਂ ਵੀ ਸਾਧ ਸੰਗਤ ਜੀ ਬਾਬਾ ਅਤਰ ਸਿੰਘ ਜੀ ਨੇ ਮਹਿਕਾਂ ਆਉਣ ਲਾ ਦੀਆਂ ਖੁਸ਼ਤ ਨਾ ਜਿਵੇਂ ਚੰਦਨ ਦਾ ਸੁਭਾਅ ਹੈ ਉਹ ਸਾਰਿਆਂ ਨੂੰ ਸੁਗੰਧੀ ਦਿੰਦਾ ਹੈ ਧੰਨ ਬਾਬਾ ਅਤਰ ਸਿੰਘ ਮਹਾਰਾਜ ਚੰਦਨ ਦਾ ਰੂਪ ਉਹਨਾਂ ਦੀ ਸੰਗਤ ਬਹੁਤ ਸੰਤਾਂ ਨੇ ਕੀਤੀ ਅਤੇ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਉਹ ਪੂਰਨ ਸੰਤ ਹੋਏ ਸੰਤ ਬਾਬਾ ਕਿਰਪਾਲ ਸਿੰਘ ਜੀ ਛੰਨਾ ਵਾਲੇ ਵਿਆਹ ਤੋਂ ਮਹਾਂਪੁਰਖ ਹੋਏ ਜਿਨ੍ਹਾਂ ਨੇ ਸੰਗਤ ਕੀਤੀ ਅਤੇ ਸੰਤਾਂ ਦਾ ਰੂਪ ਹੋ ਗਏ ਪਰ ਕਬੀਰ ਜੀ ਕਹਿੰਦੇ ਭਾਈ ਚੰਦਨ ਵਿੱਚ ਗੁਣ ਹੈ ਸਭ ਨੂੰ ਸੁਗੰਧੀ ਦਿੰਦਾ ਪਰ ਉੱਥੇ ਇੱਕ ਵਾਸ ਖੜਾ ਹੁੰਦਾ ਸਾਰੇ ਜੰਗਲ ਵਿੱਚੋਂ ਇਕੱਲਾ ਵਾਸ ਹੈ ਜਿਹਨੂੰ ਚੰਦਨ ਸੁਗੰਧੀ ਨਹੀਂ ਦਿੰਦਾ ਕਿਉਂ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਬੀਰ ਵਾਸ ਵਡਾਈ ਬੁੱਢਿਆ
ਪਾਟ ਬੁੱਢੇ ਹੈ ਅਰਥ ਡੁੱਬਣ ਤੋਂ ਹੀ ਹੈ ਕਬੀਰ ਸਾਹਿਬ ਕਹਿੰਦੇ ਬਾਂਸ ਆਪਣੀ ਬੜਾਈ ਚ ਡੁੱਬ ਗਿਆ ਕਹਿੰਦਾ ਮੈਂ ਲੰਮਾ ਬੜਾ ਮੈਂ ਚੀੜਾ ਬੜਾ ਮੈਂ ਟੁੱਟਦਾ ਨਹੀਂ ਪਰ ਗੁਣ ਯਾਦ ਰੱਖੇ ਔਗਣ ਯਾਦ ਨਹੀਂ ਰੱਖੇ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਦਰਬਾਰ ਹੈ ਨਾ ਇਹਦੇ ਵੀ ਕੁਝ ਰੂਲ ਨੇ ਜਿਵੇਂ ਹਰ ਇੱਕ ਦਰਬਾਰ ਦੇ ਰੂਲ ਹੁੰਦੇ ਨੇ ਕਿਸੇ ਦਫ਼ਤਰ ਜਾਈਏ ਉਹਦੇ ਵੀ ਰੂਲ ਨੇ ਸਤਿਗੁਰਾਂ ਦੇ ਦਰਬਾਰ ਦੇ ਰੂਲ ਨੇ ਭਾਈ ਜਦੋਂ ਅਸੀਂ ਆਉਣਾ ਹੈ ਆਪਣੇ ਗੁਣ ਭੁੱਲ ਕੇ ਆਉਣਾ ਹੈ ਦੂਜੇ ਦੇ ਔਗਣ ਭੁੱਲ ਕੇ ਕਦੇ ਨਹੀਂ ਸੋਚਣਾ ਮੈਂ ਫਲਾਨਾ ਸੋਹਣਾ ਲੋਕ ਮੈਨੂੰ ਮੱਥਾ ਟੇਕਦੇ ਨੇ ਲੋਕ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਮਹਾਰਾਜ ਕਹਿੰਦੇ ਜੇ ਆਪਦੇ ਗੁਣ ਯਾਦ ਰੱਖ ਕੇ ਗੁਰੂ ਦੀ ਹਜ਼ੂਰੀ 'ਚ ਆ ਗਿਆ ਨਾ ਮਾਫ਼ ਕਰਨਾ ਫਿਰ ਕੱਖ ਵੀ ਪੱਲੇ ਨਹੀਂ ਪੈਣਾ ਖੁਸਦ ਨਾ ਭਰਦਾ ਉਹੀ ਪੱਲਾ ਜਿਹੜਾ ਖਾਲੀ ਹੋਵੇ ਅਤੇ ਜਿਹੜਾ ਪਹਿਲੀ ਸਾਹ ਸੰਗਤ ਦੀ ਮਾਨ ਵਡਿਆਈ ਨਾਲ ਭਰਿਆ ਭਰਿਆ ਹੋਇਆ ਅਹੰਕਾਰ ਨਾਲ ਉਹਦੇ ਵਿੱਚ ਨਾਮ ਕਿਵੇਂ ਪਵੇ ਅਤੇ ਸਾਧ ਸੰਗਤ ਆਪਣੇ ਗੁਣ ਦੂਜੇ ਦੇ ਔਗਣ ਅਸੀਂ ਕਈ ਵਾਰੀ ਆ ਗਏ ਦਰਬਾਰ 'ਚ ਜੇ ਮਾੜੀ ਮੋਟੀ ਕਿਸੇ ਨਾਲ ਆਪਣੀ ਉਨੀ ਕੀ ਹੈ ਨਾ ਉਹਦੇ ਕੋਲ ਚੱਕੀ ਜਾਂਦੇ ਆਪਾਂ ਸੋਚੀ ਜਾਂਦੇ ਇਹ ਕਿਵੇਂ ਆ ਗਿਆ ਕਿਉਂ ਆ ਗਿਆ ਕਿੱਧਰ ਨੂੰ ਜਾਂਦਾ ਕਿੱਥੇ ਬੈਠਦਾ ਕਿਹਦੇ ਨਾਲ ਗੱਲ ਕਰਦਾ ਇਹ ਸੋਚਦੇ ਪਰ ਪਾਤਸ਼ਾਹ ਕਹਿੰਦੇ ਭਾਈ ਜਦੋਂ ਆਉਣਾ ਆਪਣੇ ਗੁਣ ਦੂਜੇ ਦੇ ਔਗਣ ਭੁੱਲ ਕੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਤੇ ਬਾਂਸ ਨੇ ਰੱਖੇ ਆਪਣੇ ਗੁਣ ਯਾਦ ਕਹਿੰਦਾ ਉੱਚਾ ਬੜਾ ਲੰਮਾ ਬੜਾ ਪਰ ਪੰਜ ਔਗਣ ਵੀ ਨੇ ਬਾਂਸ ਵਿੱਚ ਕਿਹੜੇ ਕਿਹੜੇ ਇੱਕ ਉਹਦੇ ਵਿੱਚ ਸਿਲਤਾਂ ਨੇ ਹੱਥ ਪਾਓ ਸਿਲਤਾਂ ਲੱਗਦੀਆਂ ਦੂਜਾ ਔਗਣ ਉਹਦੇ ਵਿੱਚ ਗੱਠਾਂ ਨੇ ਤੀਜਾ ਔਗਣ ਵਿੱਚੋਂ ਥੋਥੇ ਫਰਨੀਚਰ ਨਹੀਂ ਕੋਈ ਬਣਦਾ ਨਾ ਦੀਵਾਨ ਬੈੱਡ ਬਣੇ ਨਾ ਡਬਲ ਬੈੱਡ ਬਣੇ ਨਾ ਸਾਹ ਸੰਗਤ ਜੀ ਕੋਈ ਟੇਬਲ ਬਣੇ ਨਾ ਕੁਰਸੀ ਬਣੇ ਕੁਝ ਵੀ ਨਹੀਂ ਬਣਦਾ ਤੇ ਚੌਥਾ ਔਗਣ ਇਹਦੇ ਵਿੱਚ ਹੈ ਆਤਮਘਾਤੀ ਹੈ ਜਦੋਂ ਹਵਾ ਚੱਲਦੀ ਹੈ ਬਾਂਸ ਨਾਲ ਬਾਂਸ ਟਕਰਾਉਂਦਾ ਹੈ ਰਗੜ ਨਾਲ ਅੱਗ ਪੈਦਾ ਹੁੰਦੀ ਹੈ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦਾ ਪੰਜਵਾਂ ਔਗਣ ਇਹਦੇ ਵਿੱਚ ਇਹ ਹੈ ਤੇ ਇਹ ਹੰਕਾਰੀ ਬਹੁਤ ਹੈ ਆਖੋ ਸਤਨਾ ਕਬੀਰ ਬਾਂਸ ਵਡਾਈ ਵੋਡਿਆ ਇਉਂ ਮਤ ਡੂਬੋ ਕੋਏ ਬਾਂਸ ਵਾਂਗੂ ਤੁਸੀਂ ਵੀ ਨਾ ਕਿਤੇ ਕਹਿੰਦੇ ਇਸੇ ਵਡਿਆਈ ਚ ਡੁੱਬ ਜਿਓ ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਉਹ ਪੈੜੇ ਬਾਂਸ ਚੋ ਸੁਗੰਧੀ ਨਾ ਬਈ ਆਵੇ ਹਾਂਜੀ ਸਾਰੀਆਂ ਭੈਣਾਂ ਕਿਰਪਾ ਕਰ
ਸੁਗੰਧੀ ਆਉਂਦੀ ਬਾਸ ਵਿੱਚੋਂ ਕਿਉਂਕਿ ਉਹਨੇ ਆਪਣੇ ਗੁਣ ਯਾਦ ਰੱਖੇ ਤੇ ਆਪਣੇ ਔਗਣ ਭੁੱਲ ਗਏ ਜਿਨ੍ਹਾਂ ਨੇ ਸੰਗਤ ਕੀਤੀ ਮਹਾਂਪੁਰਖਾਂ ਦੀ ਤੇ ਅੱਜ ਸਾਧ ਸੰਗਤ ਜੀ ਉਹ ਸਾਰੇ ਰੱਬ ਨਾਲ ਜੁੜੇ ਹੋਏ ਨੇ ਮਹਾਂਪੁਰਖਾਂ ਨੇ ਵੀ ਮੈਂ ਅੱਜ ਕੱਲ ਗਿਆ ਮੰਗਲਵਾਰ ਸੀ ਰੋੜੇਵਾਲ ਸਾਹਿਬ ਤੇ ਕਿੱਥੇ ਪ੍ਰੇਮੀ ਬੈਠਾ ਹੈ ਬਲਵੀਰ ਸਿੰਘ ਸਾਡੇ ਨਗਰ ਤੋਂ ਹੈ ਉਹਨੇ ਮੈਨੂੰ ਦੱਸਿਆ ਵੀ ਇੱਥੇ ਮਹਾਂਪੁਰਖਾਂ ਦਾ ਜਥਾ ਬਣਿਆ ਹੋਇਆ ਸੀ ਮਹਾਂਪੁਰਖਾਂ ਦੇ ਨਾਲ ਜਾ ਕੇ ਕੀਰਤਨ ਕਰਾਉਂਦੇ ਨੇ ਐਵੇਂ ਨਹੀਂ ਦਾਤਾਂ ਮਿਲ ਜਾਂਦੀਆਂ ਚਰਨਾਂ 'ਚ ਰਹਿ ਕੇ ਸੇਵਾ ਕਰਨੀ ਪੈਂਦੀ ਨਹੀਂ ਅਸੀਂ ਪੈਰ ਪੱਟਣ ਦਾ ਪੈਸਾ ਮੰਗਦੇ ਇੱਕ ਕਦਮ ਅੱਗੇ ਨੂੰ ਹੋਏ ਧਰ ਇੱਥੇ ਪੈਸੇ 200, 400, 500, 1000 ਪਰ ਮਹਾਂਪੁਰਖਾਂ ਦੀ ਜਦੋਂ ਸੰਗਤ ਕਰਦੇ ਹਾਂ ਸੰਗਤ ਵਿੱਚੋਂ ਜਿਵੇਂ ਕਲਗੀਧਰ ਜੀ ਨੂੰ ਕਿਹਾ ਸੀ ਨਾ ਸਿੱਖਾਂ ਮਹਾਰਾਜ ਇੱਦਾਂ ਨਹੀਂ ਗੱਡੀ ਚੱਲਦੀ ਤਨਖਾਹਾਂ ਦਿਓ ਫਿਰ ਮਹਾਰਾਜ ਜੀ ਨੇ ਸਾਧ ਸੰਗਤ ਦੀ ਢਾਲਾਂ ਭਰ ਭਰ ਕੇ ਸਮਾਂ ਆਉਣ 'ਤੇ ਵਰਤਾਈਆਂ ਸੀ ਆਓ ਇੱਕ ਪ੍ਰਮਾਣ ਨਾਲ ਸਮਾਪਤੀ ਵੱਲ ਵਧਾਂਗੇ ਬਾਬਾ ਬੁੱਢਣ ਸ਼ਾਹ ਜੀ ਹੋਏ ਜਿਹੜੇ ਸਾਧ ਸੰਗਤ ਦੀ ਪਰਮੇਸ਼ਰ ਦੇ ਆਨੰਦ ਵਿੱਚ ਬਹੁਤ ਲੰਮੀ ਆਜੂ ਉਹਨਾਂ ਦੀ ਹੋਈ ਕੋਈ ਰੱਬ ਦਾ ਪਿਆਰਾ ਇਹਨਾਂ ਨੂੰ ਦੱਸ ਗਿਆ ਕਿਉਂਕਿ ਦੱਸੇ ਬਿਨਾਂ ਤਾਂ ਗੱਲ ਨਹੀਂ ਬਣਦੀ ਮਿਸਤਰੀ ਦਾ ਕੰਮ ਸਿੱਖਣਾ ਮਿਸਤਰੀ ਦਾ ਸੰਗ ਕਰਨਾ ਪੈਂਦਾ ਲੁਹਾਰੇ ਦਾ ਕੰਮ ਕਰਨਾ ਲੁਹਾਰ ਦਾ ਸੰਗ ਕਰਨਾ ਪੈਣਾ ਸੋਨੇ ਦਾ ਕੰਮ ਕਰੋਗੇ ਸੁਨਿਆਰੇ ਦਾ ਸੰਗ ਕਰਨਾ ਪਵੇਗਾ ਜ਼ਮੀਨ ਦਾ ਕੰਮ ਕਰਨਾ ਜ਼ਿਮੀਂਦਾਰ ਦਾ ਸੰਗ ਕਰਨਾ ਪਵੇਗਾ ਆਖੋ ਸਤਨਾਮ ਜੇ ਗੁਰਮਤ ਵੱਲ ਜੁੜਨਾ ਹੈ ਸਾਧ ਸੰਗਤ ਜੀ ਰੱਬ ਦੇ ਨਾਮ ਵੱਲ ਜੁੜਨਾ ਹੈ ਤਾਂ ਮਹਾਂਪੁਰਖਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨੀ ਪਊਗੀ ਆਖੋ ਸਤਨਾਮ ਕਿਉਂਕਿ ਸੰਗਤ ਜਿਸ ਵੇਲੇ ਕੀਤੀ ਜਾਂਦੀ ਹੈ ਸੰਗਤ ਤੋਂ ਹੀ ਰੰਗਤ ਚੜ੍ਹਦੀ ਹੈ ਜਿਵੇਂ ਇੱਕ ਰਾਜਾ ਉਹ ਕਹਿੰਦਾ ਵੀ ਸੰਗਤ ਕਰਨ ਦਾ ਕੋਈ ਫਾਇਦਾ ਨਹੀਂ ਸੰਤ ਕਹਿੰਦੇ ਵੀ ਸੰਗਤ ਕਰੇ ਬਿਨਾਂ ਇਹਨੂੰ ਕੁਛ ਪ੍ਰਾਪਤ ਨਹੀਂ ਹੋ ਸਕਦਾ ਉਹਨੇ ਇੱਕ ਆਪਣਾ ਬੱਚਾ ਨਾ ਜਿਸ ਵੇਲੇ ਜਨਮ ਹੋਇਆ ਅੰਦਰ ਕਮਰੇ ਦੇ ਵਿੱਚ ਤਾੜਤਾ ਕਹਿੰਦੇ ਵੀ ਕਿਸੇ ਨੇ ਇਹਨੂੰ ਬੁਲਾਉਣਾ ਨਹੀਂ ਕਿਸੇ ਨੇ ਗੱਲ ਨਹੀਂ ਕਰਨੀ ਜੋ ਭੋਜਨ ਹੈ ਦਰਵਾਜ਼ਾ ਖੋਲ੍ਹ ਕੇ ਬਸ ਅੱਗੇ ਰੱਖ ਕੇ ਮੁੜਿਆਉਣਾ ਗੇਟ ਲਾ ਦੇਣਾ ਬੁਲਾਉਣਾ ਨਹੀਂ ਕਿਸੇ ਨੇ ਸੰਤ ਕਹਿੰਦੇ ਨੇ ਵੀ ਸੰਗਤ ਦੁਆਰਾ ਕੁਛ ਪ੍ਰਾਪਤ ਸਾਰਾ ਕੁਛ ਪ੍ਰਾਪਤ ਹੁੰਦਾ ਪਰ ਮੈਂ ਕਹਿੰਦਾ ਜੇ ਸੰਗਤ ਨਹੀਂ ਵੀ ਕਰਾਂਗੇ ਰਾਜਾ ਸੋਚਦਾ ਕਹਿੰਦਾ ਸਾਰਾ ਕੁਛ ਬੋਲਣ ਤਾਂ ਸਿੱਖ ਹੀ ਜਾਣਾ ਇਹਨੇ ਪਰ ਰਾਜੇ ਦਾ ਵਹਿਮ ਸੀ ਜਿਸ ਵੇਲੇ ਸਾਧ ਸੰਗਤ ਜੀ 12 ਸਾਲ ਹੋ ਗਏ ਨਾ 12 ਸਾਲ ਦਾ ਬੇਟਾ ਹੋ ਗਿਆ ਕਹਿੰਦਾ ਲਿਓ ਖੋਲੋ ਬਾਹਰ ਚਲੋ ਸਭਾ ਇਕੱਠੀ ਕਰੋ ਦੇਖਦੇ ਹਾਂ ਕੀ ਕੁਝ ਸਿੱਖਿਆ ਜਿਸ ਵੇਲੇ ਸਾਧ ਸੰਗਤ ਜੀ ਦਰਵਾਜ਼ਾ ਖੋਲਿਆ ਉਹਨੂੰ ਬੱਚੇ ਨੂੰ ਬੁਲਾਉਂਦੇ ਨੇ ਬੱਚਾ ਪਤਾ ਕੀ ਕਹਿੰਦਾ ਕਹਿੰਦਾ ਚੀ ਫਿਰ ਕਹੇ ਚੀ ਹੋਰ ਕੁਛ ਬੋਲੀ ਉਹ ਸਾਰੇ ਹੈਰਾਨ ਵੀ ਹੋਰ ਤਾਂ ਕੁਛ ਬੋਲਦਾ ਨਹੀਂ ਇਕੱਲਾ ਚੀ ਚੀ ਬੋਲਦਾ ਸੰਤਾਂ ਨੂੰ ਕਹਿੰਦੇ ਮਹਾਂਪੁਰਖ ਹੋਰ ਤਾਂ ਕੁਛ ਸਿੱਖਿਆ ਨਹੀਂ ਆ ਚੀ ਚੀ ਕਰਨਾ ਜ਼ਰੂਰ ਸਿੱਖ ਗਿਆ ਮਹਾਂਪੁਰਖ ਕਹਿੰਦੇ ਇਹ ਵੀ ਸੰਗਤ ਕਰੀ ਹੋਊਗੀ ਨਹੀਂ ਇਹ ਵੀ ਨਹੀਂ ਸਿੱਖਦਾ ਇਹ ਵੀ ਨਹੀਂ ਸੀ ਸਿੱਖਣਾ ਕਹਿੰਦੇ ਇਹ ਕਿਹਨੇ ਸਿਖਾਤਾ ਕਹਿੰਦੇ ਚਲੋ ਵੇਖਦੇ ਹਾਂ ਜਦੋਂ ਕੋਲੇ ਗਏ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਕਹਿੰਦਾ ਚੀ ਆਖੋ ਸਤਨਾ ਜਦੋਂ ਭੋਜਨ ਦੇਣ ਆਉਂਦੇ ਸੀ ਦਰਵਾਜ਼ਾ ਖੋਲ੍ਹਦੇ ਸੀ ਚੀਂ ਕਰਦਾ ਸੀ ਜਦੋਂ ਬੰਦ ਕਰਦੇ ਸੀ ਫਿਰ ਚੀਂ ਕਰਦਾ ਉਹੀ ਗੱਲ ਸਿੱਖ ਗਿਆ ਕਹਿਣ ਦਾ ਭਾਵ ਜਿਸ ਵੇਲੇ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਸੰਗਤ ਕਰੇ ਬਿਨਾਂ ਗੱਲ ਨਹੀਂ ਬਣਦੀ ਬੁੱਢਣ ਸ਼ਾਹ ਨੂੰ ਕੋਈ ਦੱਸ ਗਿਆ ਕਹਿੰਦਾ ਇੱਦਾਂ ਸਿਮਰਨ ਕਰੀ ਚੱਲ ਬੈਠਾ ਰਿਹਾ 100 ਸਾਲ 150 ਸਾਲ ਹੋ ਗਿਆ ਦਾੜਾ ਸਫੇਦ ਹੋ ਗਿਆ ਪਰ ਉੱਥੇ ਇੱਕ ਸਾਧ ਸੰਗਤ ਦੀ ਅੱਜ ਵੀ ਵੈਸੇ ਉਹ ਜਿਹੜਾ ਇਲਾਕਾ ਹੈ ਨਾ ਜੰਗਲ ਦੀ ਤਰ੍ਹਾਂ ਜਾਗਦੇ ਪਹਿਲਾਂ ਜ਼ਿਆਦਾ ਹੁੰਦਾ ਸੀ ਇੱਕ ਦਿਨ ਆਪਣੇ ਆਨੰਦ 'ਚ ਬਾਬਾ ਬੁੱਢਣ ਸਾਹਿਬ ਜੀ ਬੈਠੇ ਇੱਕ ਬੀਬੀ ਆਈ ਉਹ ਮੱਝਾਂ ਚਾਰਦੀ ਹੈ
ਤੇ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰਦੀ ਨਾਲ ਨਾਲ ਪੜ ਲਈਏ ਬੁੱਢਣ ਸ਼ਾਹ ਨੇ ਸੁਣ ਲਿਆ ਕਹਿੰਦਾ ਵੀ ਬੜਾ ਆਨੰਦ ਤੇ ਭੜੀਏ ਦੀ ਬਿਰਤੀ ਜੁੜੀ ਹੋਈ ਏ ਕੀ ਪੜਦੀ ਏ ਪੜੋ ਆਪਾਂ ਵੀ ਪੜੀਏ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋਕ ਤਾਲ ਸੁਣਿਆ ਉਹੇ ਨ ਸਕੈ ਆਪਣਾ ਭਗਤਾਂ ਸਦਾ ਵਿਗਾਸ ਸੁਣਿਆ ਰੂਪ ਪਾਪ ਪਾਣਾ ਨਾਣੀ ਪੜੇ ਸੁਖ ਗਿਆਨ ਸੁਣਿਆ ਅੱਠ ਛੱਠ ਕਹੇ ਇਸ਼ਨਾਨ ਸੁਣਿਆ ਨਾਚੈ ਸਹਿਜ ਧਿਆਨ ਨਾਨ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੈਂ ਪੜਿਆ ਕਰੋ ਸੁਣਿਆ ਕਰੋ ਪੜਿਆ ਕਰੋ ਸੁਣਿਆ ਬੜੇ ਆਨੰਦ ਵਿੱਚ ਬੀਬੀ ਜਪਜੀ ਸਾਹਿਬ ਦਾ ਪਾਠ ਕਰ ਗਈ ਬੁੱਢਣ ਸ਼ਾਹ ਜੀ ਕਹਿੰਦੇ ਧੀਏ ਗੱਲ ਸੁਣ ਇਹ ਬਾਣੀ ਕਿਹਦੀ ਪੜਦੀ ਹੈ ਬਾਬਾ ਇਹ ਬਾਣੀ ਗੁਰੂ ਨਾਨਕ ਦੀ ਹੈ ਧੀਏ ਬੜੇ ਆਨੰਦ ਵਿੱਚ ਹੈ ਬਿਰਤੀ ਬਹੁਤ ਜੁੜੀ ਹੋਈ ਹੈ ਤੇਰੀ ਮੈਂ ਆਪਣੇ ਗੁਰੂ ਤੋਂ ਸਿੱਖਿਆ ਵੀ ਲੈ ਲਈ ਜਪਦੇ ਨੂੰ ਵੀ 150 ਸਾਲ ਹੋ ਗਿਆ ਪਰ ਤੇਰੇ ਵਾਲਾ ਆਨੰਦ ਨਹੀਂ ਆਇਆ ਖੁਸ ਸਤਨਾਮ ਕੀਰਤਨ ਤਾਂ ਅਸੀਂ ਸਾਰੀ ਬਾਜੇ ਚੱਕੀ ਫਿਰਦੇ ਹਾਂ ਜਿਹੜਾ ਆਨੰਦ ਬਾਬਾ ਅਤਰ ਸਿੰਘ ਮਹਾਰਾਜ ਇੱਕ ਵਾਰੀ ਇੱਕ ਨਗਰ ਚ ਮਹਾਂਪੁਰਖਾਂ ਨੇ ਦੀਵਾਨ ਲਾਏ 11 ਦੀਵਾਨ 11 ਦੀਵਾਨ ਲਾਏ 11-10 ਦੀਵਾਨਾਂ ਚ ਮਹਾਂਪੁਰਖਾਂ ਨੇ ਕਿਸੇ ਨੂੰ ਨੀ ਕਿਹਾ ਅੰਮ੍ਰਿਤ ਛਕੋ ਜਦੋਂ 11ਵਾਂ ਦੀਵਾਨ ਦੀ ਸਮਾਪਤੀ ਹੋਣ ਤੋਂ ਪਹਿਲਾਂ ਮਹਾਂਪੁਰਖ ਕਹਿੰਦੇ ਭਾਈ ਮਨ ਬਣਾ ਲਓ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਿਹਨੇ ਛਕਣਾ ਛਕ ਲਏ ਕਿੰਨੇ ਬੰਦੇ ਤਿਆਰ ਹੋਏ 10-20-100-50 ਨਹੀਂ 10,000 ਬੰਦਾ ਤਿਆਰ ਹੋ ਗਿਆ ਖੁਸ਼ਤ ਨਾਲ ਮਹਾਂਪੁਰਖਾਂ ਦੇ ਬਚਨਾਂ ਵਿੱਚ ਕਮਾਈ ਸੀ ਕਿਉਂਕਿ ਅੱਜ ਸਾਡੀ ਕਥਨੀ ਕਰੜੀ ਨਹੀਂ ਹੈ ਜਿਹੜਾ ਵਾਜਾ ਸਾਹ ਸੰਗਤ ਜੀ ਮਹਾਂਪੁਰਖ ਬਾਬਾ ਅਤਰ ਸਿੰਘ ਵਜਾ ਗਏ ਜਿਹੜਾ ਵਾਜਾ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਵਜਾ ਗਏ ਜਿਹੜਾ ਵਾਜਾ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਸਿਓੜੇ ਵਾਲੇ ਵਜਾ ਗਏ ਨਾ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਗੱਲ ਨਹੀਂ ਬਣਦੀ ਹੈ ਖੁਸ਼ਤ ਨਾ ਬੜੀ ਰਸਨਾ ਪਿੱਤਰ ਕਰੋ ਜਦੋਂ ਕੀਰਤਨ ਕਰਦੇ ਸੀ ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵੱਜਦਾ ਤੇਰਾ ਕਰਦਾ ਮਸਤਾਨੇ ਹਾਂ ਵੱਜਦਾ ਜਦੋਂ ਵੱਜਦਾ ਤੇਰਾ ਮਸਤਾਨੇ ਦੀ ਵੱਜਦਾ ਜਦੋਂ ਵੱਜਦਾ ਤੇਰਾ ਕਰਦਾ ਮਸਤਾਨੇ ਦੀ ਵੱਜਦਾ ਜਦੋਂ ਵੱਜਦਾ ਤੇਰਾ ਹੋ ਪਰਵਾ ਮਸਤਾਨੇ ਜੀ ਵੱਜਦਾ ਜਦੋਂ ਵੱਜਦਾ ਮਸਤਾਨੇ ਜੀ
ਬਾਜਾ ਵਜਾਉਂਦੇ ਨੇ ਬਾਬਾ ਈਸ਼ਰ ਸਿੰਘ ਜਾਂ ਬਾਬਾ ਅਤਰ ਸਿੰਘ ਜਾਂ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਜਾਂ ਬਾਬਾ ਬਲਵੰਤ ਸਿੰਘ ਸਿਆੜੇ ਵਾਲੇ ਸਾਹ ਸੰਗੇ ਜੀ ਕਿਸੇ ਵੀ ਧਰਮ ਦੇ ਲੋਕ ਹੁੰਦੇ ਅੱਜ ਅਸੀਂ ਇੱਕ ਦੂਜੇ ਦੇ ਸਾਹ ਸੰਗਤ ਜੀ ਧਰਮ ਤੇ ਟੀਕਾ ਟਿੱਪਣੀਆਂ ਵੀ ਕਰਦੇ ਹਾਂ ਦੂਜੇ ਤੋਂ ਗੁਰੇਜ਼ ਵੀ ਕਰਦੇ ਸਾਡਾ ਜਿਹੜਾ ਗੁਰੂ ਨਾਨਕ ਦਾ ਪੰਥ ਹੈ ਨਾ ਬਹੁਤ ਵੱਡਾ ਸੀ ਅਸੀਂ ਉਹਨੂੰ ਛੋਟਾ ਕਰਨ ਤੇ ਲੱਗੇ ਹਾਂ ਸ੍ਰੀ ਚੰਦੀਏ ਸਾਡੇ ਚੋਣੀ ਨਿਰਮਲੇ ਵੀ ਸਾਡੇ ਚੋਣੀ ਆਹ ਵੀ ਸਾਡੇ ਚੋਣੀ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਕਬੀਰ ਪੁੰਗਰਾ ਰਾਮ ਅੱਲੇ ਕਾ ਸਭ ਗੁਰ ਪੀਰ ਹਮਾਰੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਕਹਿੰਦੇ ਭਾਈ ਸਾਰੇ ਗੁਰ ਪੀਰ ਸਾਡੇ ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਦੀ ਉਦਾਸੀ ਸਨ ਉਦਾਸੀਆਂ ਵਾਲਾ ਭੇਖ ਲਾਇਆ ਫਿਰ ਬਾਬੇ ਸ੍ਰੀ ਚੰਦ ਜੀ ਨੇ ਬੇਨਤੀ ਕਰਕੇ ਉਦਾਸੀ ਪੰਥ ਆਪ ਲਿਆ ਮਹਾਰਾਜ ਜੀ ਹੁਣ ਕਿਰਪਾ ਮੈਨੂੰ ਕਰੋ ਚਾਰ ਉਦਾਸੀਆਂ ਤੁਸੀਂ ਕੀਤੀਆਂ ਦੁਨੀਆਂ ਦਾ ਉਧਾਰ ਕੀਤਾ ਇਹ ਸੇਵਾ ਹੁਣ ਮੈਂ ਨਿਭਾਉ ਤੇ ਸਾਧ ਸੰਗਤ ਜੀ ਹਰ ਇੱਕ ਧਰਮ ਦੇ ਨਾਲ ਪਿਆਰ ਕਰਨਾ ਗੁਰੂ ਨਾਨਕ ਦੀ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਖਾਉਂਦੀ ਖੱਤਰੀ ਬ੍ਰਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝ ਚਾਰੇ ਵਰਨਾ ਨੂੰ ਸਾਂਝ ਹੈ ਤੇ ਸਾਧ ਸੰਗਤ ਜੀ ਆਪਾਂ ਆਪੋ ਆਪਣੇ ਧਰਮਾਂ ਤੇ ਮੱਲਾਂ ਮਾਰੀ ਬੈਠੇ ਹਾਂ ਤੇ ਹਿੰਦੂ ਸਾਧ ਸੰਗਤ ਜੀ ਸਿੱਖ ਨੂੰ ਚੰਗਾ ਨਹੀਂ ਸਮਝਦਾ ਸਿੱਖ ਈਸਾਈ ਨੂੰ ਚੰਗਾ ਨਹੀਂ ਸਮਝਦਾ ਈਸਾਈ ਮੁਸਲਮਾਨ ਨੂੰ ਚੰਗਾ ਨਹੀਂ ਸਮਝਦਾ ਪਰ ਪਾਤਸ਼ਾਹ ਨੇ ਸਾਨੂੰ ਇਕੱਠੇ ਕੀਤਾ ਸੀ ਅਸੀਂ ਇਕੱਠੇ ਹੋ ਕੇ ਰਹੀਏ ਆਓ ਮੁਸਲਮਾਨ ਧਰਮ ਦਾ ਫਕੀਰ ਹੈ ਬੁੱਢਣ ਸ਼ਾਹ ਉਹ ਬੀਬੀ ਨੂੰ ਕਹਿੰਦਾ ਮੇਰਾ ਮਨ ਜੁੜਿਆ ਨਹੀਂ 150 ਸਾਲ ਹੋ ਗਿਆ ਸਫੈਦ ਦੌੜਾ ਹੋ ਗਿਆ ਤੇ ਤੇਰਾ ਮਨ ਕਿਵੇਂ ਜੁੜਿਆ ਉਹ ਬੀਬੀ ਫਿਰ ਦੱਸ ਰਹੀ ਹੈ ਕਹਿੰਦੀ ਜੀ ਇਹ ਗੁਰੂ ਨਾਨਕ ਦੀ ਕਿਰਪਾ ਹੋ ਗਈ ਤੇ ਇਹ ਤੈਨੂੰ ਗੁਰੂ ਨਾਨਕ ਜੀ ਮਿਲੇ ਹਾਂ ਬਾਬਾ ਮੈਨੂੰ ਇੱਕ ਵਾਰੀ ਮਿਲੇ ਮੈਨੂੰ ਮਿਲੇ ਧੰਨ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਦੀ ਧਰਤੀ ਤੇ ਤੇ ਮੇਰੇ ਪਿਤਾ ਜੀ ਨਾਲ ਸਨ ਤੇ ਜਿਸ ਵੇਲੇ ਮੈਨੂੰ ਮਿਲੇ ਤੇ ਮੇਰੇ ਪਿਤਾ ਜੀ ਨੇ ਜਿੱਥੇ ਹੋਰ ਗੁਰਸਿੱਖ ਸੰਗਤਾਂ ਦਰਸ਼ਨ ਕਰਦੀਆਂ ਸੀ ਮੈਨੂੰ ਵੀ ਲੈਣ ਚਲਾਤਾ ਸੀ ਜਦੋਂ ਮਹਾਰਾਜ ਗਏ ਸੀ ਨਾ ਉੱਥੇ ਸਾਰੇ ਲੋਕ ਤਾਂ ਚੜ੍ਹਦੇ ਸੂਰਜ ਨੂੰ ਪਾਣੀ ਦਿੰਦੇ ਸਨ ਧੰਨ ਗੁਰੂ ਨਾਨਕ ਸਾਹਿਬ ਜੀ ਪੱਛਮ ਵੱਲ ਦੇਣ ਲੱਗ ਗਏ ਬ੍ਰਾਹਮਣ ਇਕੱਠੇ ਹੋ ਗਏ ਕਹਿੰਦੇ ਜੀ ਸਾਰੇ ਪੂਰਬ ਵੱਲ ਪਾਣੀ ਦਿੰਦੇ ਤੁਸੀਂ ਇੱਧਰ ਕਿਉਂ ਕਹਿੰਦੇ ਪਾਣੀ ਕਿਹਨੂੰ ਦਿੰਦੇ ਹੋ ਗੁਰੂ ਨਾਨਕ ਜੀ ਸਾਹਿਬ ਜੀ ਕਹਿੰਦੇ ਕਹਿੰਦੇ ਜੀ ਅਸੀਂ ਆਪਣੇ ਵੱਡੇ ਵਡੇਰਿਆਂ ਨੂੰ ਪਿੱਤਰਾਂ ਨੂੰ ਪਾਣੀ ਦਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਕਰਤਾਰਪੁਰ ਖੇਤੀ ਬੀਜਿਆ ਸੀ ਮੈਂ ਖੇਤੀ ਲਵਾਉਣਾ ਉਹ ਬ੍ਰਾਹਮਣ ਕਹਿੰਦੇ ਵੀ ਐਡੇ ਦੂਰ ਪਾਣੀ ਕਿਵੇਂ ਪਹੁੰਚੂ ਕਿਵੇਂ ਤੇਰੀ ਖੇਤੀ ਦੀ ਰੌਣੀ ਹੋਜੂ ਮਹਾਰਾਜ ਕਹਿੰਦੇ ਦੱਸੋ ਭਲਾ ਤੁਸੀਂ ਸੂਰਜ ਨੂੰ ਪਾਣੀ ਦਿੰਦੇ ਹੋ ਸੂਰਜ ਕਿੰਨੇ ਕਿਲੋਮੀਟਰ ਤੇ ਹੈ ਜਾਂ ਕਿੰਨੇ ਮੀਲ ਤੇ ਹੈ ਕਹਿੰਦੇ ਜੀ ਇਹ ਤਾਂ ਕਰੋੜਾਂ ਮੀਲਾਂ ਤੇ ਮਹਾਰਾਜ ਕਹਿੰਦੇ ਜਾਂ ਤੁਹਾਡਾ ਪਾਣੀ ਕਰੋੜਾਂ ਮੀਲਾਂ ਤੇ ਪਹੁੰਚ ਸਕਦਾ ਤੇ ਮੇਰੀ ਖੇਤੀ ਤਾਂ 250 ਮੀਲ ਹੋਣੀ ਆ ਖੁਸ਼ਤ ਨਾ ਜਿਸ ਵੇਲੇ ਸਾਧ ਸੰਗਤ ਜੀ ਕਿਉਂਕਿ ਬੰਦਾ ਇੱਕ ਦੇਖ ਕੇ ਸਮਝਦਾ ਇੱਕ ਸੁਣ ਕੇ ਇੱਕ ਪੜ੍ਹ ਕੇ ਦੇਖਿਆ ਸੀ ਨਾ ਮਾਧੋ ਦਾਸ ਬਰਾਗੀ ਨੇ ਹਿਰਨੀ ਦੇ ਮਾਰੀ ਤਲਵਾਰ ਉਹਦਾ ਪੇਟ ਚਾਕ ਕੀਤਾ ਉਹਦੇ ਪੇਟ ਚੋਂ 2 ਬੱਚੇ ਨਿਕਲੇ ਜਿਹੜੇ ਸਾਧ ਸੰਗਤ ਜੀ ਤੜਫ ਤੜਫ ਕੇ ਮਰ ਗਏ ਉਸ ਵੇਲੇ ਮਾਧੋ ਦਾਸ ਨੇ ਸ਼ਿਕਾਰ ਕਰਨਾ ਬੰਦ ਕਰਤਾ ਸੀ ਦੇਖ ਕੇ ਵੀ ਪਾਪ ਹੋ ਗਿਆ ਸਮਝ ਆ
ਜਾਂ ਕਈ ਵਾਰੀ ਸੁਣ ਕੇ ਸਮਝ ਜਾਂਦੇ ਹਾਂ ਤੇ ਕਈ ਵਾਰੀ ਕੋਈ ਆਪਾਂ ਇਦਾਂ ਦਾ ਲੇਖ ਪੜ੍ਹ ਲਈ ਉਹਦੇ ਨਾਲ ਸਮਝ ਆ ਜਾਂਦੀ ਹੈ ਕਲਗੀਧਰ ਜੀ ਨੇ ਸੁਣਿਆ ਇੱਕ ਗ੍ਰੰਥ ਵਿੱਚ ਪੜ੍ਹਿਆ ਤਪੋ ਰਾਜ ਰਾਜੋ ਨਰਕ ਮਹਾਦੀ ਨੇ ਸਾਧ ਸੰਗਤ ਜੀ ਰਾਜ ਭਾਗ ਛੱਡ ਕੇ ਜੋਗੀ ਬਣ ਗਏ ਸਨ ਆਖੋ ਸਤਨਾਮ ਕਿਸੇ ਵਿਦਵਾਨ ਤੋਂ ਕਥਾ ਚ ਸੁਣ ਲਿਆ ਜਾਂ ਕਿਸੇ ਗ੍ਰੰਥ ਦੀਆਂ ਪੰਗਤੀਆਂ ਪੜ੍ਹ ਲਈ ਫਿਰ ਤਪੱਸਿਆ ਕੀਤੀ ਸੀ ਆਹੋ ਇਹ ਵਿਸ਼ਾ ਹੋਰ ਸਾਧ ਸੰਗਤ ਜੀ ਜਿਸ ਵੇਲੇ ਉਹ ਜਿਹੜੀ ਬੀਬੀ ਹੈ ਬਾਬਾ ਬੁੱਢਣ ਸ਼ਾਹ ਜੀ ਨੂੰ ਦੱਸਦੀ ਹੈ ਕਹਿੰਦੀ ਜੀ ਫਿਰ ਗੁਰੂ ਨਾਨਕ ਜੀ ਨੂੰ ਸਾਰੇ ਜਿਹੜੇ ਪੰਡਿਤ ਸੀ ਉਹਨਾਂ ਨੇ ਬਿਠਾ ਲਿਆ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕੀਤਾ ਮੱਥਾ ਟੇਕਿਆ ਜਲ ਪਾਣੀ ਪੁੱਛਿਆ ਉਦੋਂ ਸਾਰੀ ਸੰਗਤ ਨੇ ਕੀਤੇ ਦਰਸ਼ਨ ਮੇਰੇ ਪਿਤਾ ਨੇ ਜੀ ਪਿਤਾ ਜੀ ਨੇ ਵੀ ਦਰਸ਼ਨ ਕੀਤੇ ਤੇ ਲੈਣ 'ਚ ਮੈਨੂੰ ਵੀ ਲਾਤਾ ਜਿਸ ਵੇਲੇ ਮੈਨੂੰ ਲੈਣ 'ਚ ਲਾਇਆ ਮੈਂ ਵੀ ਗੁਰੂ ਨਾਨਕ ਦੇ ਦਰਸ਼ਨ ਕੀਤੇ ਚਰਨ ਸਪਰਸ਼ ਕੀਤੇ ਗੁਰੂ ਨਾਨਕ ਜੀ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਆਖਿਆ ਵੀ ਇਹ ਬੋਲ ਵਾਹਿਗੁਰੂ ਕਹਿੰਦੀ ਮੈਂ ਉਦੇ ਬੋਲੀ ਉਹਦਿਆਂ ਦੀ ਬਿਰਤੀ ਜੁੜੀ ਹੈ ਮੁੜ ਕੇ ਟੁੱਟੀ ਹੋਈ ਨਹੀਂ ਆਖੋ ਸਤਨਾ ਇਹ ਸੁਣ ਜੋ ਸਵਾਦ ਲੱਗੀ ਨਾਲ ਪਰਮਾਤਮਾ ਲੱਦਾ ਆਖੇ ਦੂਰ ਵੜੀ ਮਧਲ ਵਕੀਲ ਦੀਏ ਦੁਨੀਆਂ ਕੀ ਜਾਣੇ ਜਿੱਥੇ ਫੱਤਰ ਵਰਾਜ ਦੇ ਸੁਣ ਜੋ ਸਵਾਦ ਲੱਗੀ ਨਾਲ ਪਰਮਾਤਮਾ ਦੇ ਲੋਕਾਂ ਨੂੰ ਕੀ ਪਤਾ ਵੀ ਸੁੱਤੇ ਆ ਕੇ ਜਾਣਗੇ ਖੜੀ ਕਹਿ ਜਾਂਦੇ ਆ ਕੁੰਡਾ ਲੱਗਿਆ ਅੰਦਰ ਸੁੱਤੇ ਪਏ ਹੋਣਗੇ ਸਾਧ ਸੰਗਤ ਸਾਡੇ ਕੋਲ ਆਹੀ ਟੀਕਾ ਟਿੱਪਣੀਆਂ ਹੀ ਰਹਿ ਗਈਆਂ ਹੁਣ ਤਾਂ ਗੁਰਬਾਣੀ ਤੇ ਗੁਰੂ ਕੇ ਇਤਿਹਾਸ ਤੇ ਵੀ ਟੀਕਾ ਟਿੱਪਣੀਆਂ ਹੋਣ ਲੱਗ ਬੇਨਤੀ ਇਹ ਨਾ ਕਰਿਆ ਕਰੋ ਸਾਡੇ ਕੋਲ ਇਤਿਹਾਸ ਤੇ ਗੁਰਬਾਣੀ ਹੈ ਜੇ ਇਹ ਅਸੀਂ ਸਾਧ ਸੰਗਤ ਦੀ ਖਤਮ ਕਰਨ ਤੇ ਤੁਲ ਪਏ ਨਾ ਫਿਰ ਸਾਡੇ ਪੱਲੇ ਕੁਛ ਨਹੀਂ ਹੈ ਗੁਰਬਾਣੀ ਦੀ ਸਾਧ ਸੰਗਤ ਦੀ ਵਿਚਾਰ ਕਰਨੀ ਗੁਰੂ ਕੇ ਇਤਿਹਾਸ ਨੂੰ ਵਿਚਾਰਨਾ ਅਸੀਂ ਨੇ ਟੀਕਾ ਟਿੱਪਣੀ ਨਹੀਂ ਕਰ ਤੇ ਸਾਧ ਸੰਗਤ ਜੀ ਉਹ ਬੀਬੀ ਕਹਿੰਦੀ ਹੈ ਬਾਬਾ ਇੱਕ ਵਾਰੀ ਗੁਰੂ ਨਾਨਕ ਨੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਗਾ ਆਖਿਆ ਬੋਲ ਵਾਹਿਗੁਰੂ ਮੈਂ ਵਾਹਿਗੁਰੂ ਬੋਲਿਆ ਇਸੀ ਬਿਰਤੀ ਜੁੜੀ ਤੇ ਅੱਜ ਤੱਕ ਉਹ ਬਿਰਤੀ ਨਹੀਂ ਟੁੱਟੀ ਸਾਡੀ ਬਿਰਤੀ ਕਿੰਨੀ ਕੁ ਲੱਗਦੀ ਇੱਕ ਜਲਜੀਤ ਸਿੰਘ ਦਾ ਪਾਠ ਕਰਿਆ ਕੰਮ ਯਾਦ ਆ ਗਿਆ ਉਸੇ ਵੇਲੇ ਪੋਥੀ ਰੱਖ ਦੇਣੀ ਹੈ ਚਲੋ ਦੋ ਬਾਣੀਆਂ ਕਈ ਪੰਜ ਬਾਣੀਆਂ ਤੇ ਸਾਧ ਸੰਗਤ ਜੀ ਵਡਭਾਗੇ ਨੇ ਜਿਹੜੇ ਪੰਜ ਬਾਣੀਆਂ ਨਾਲ ਆਸਾ ਜੀ ਦੀ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਪੜ੍ਹਨ ਵਾਲਿਆਂ ਨੂੰ ਮੁਬਾਰਕ ਹੈ ਜੇ ਕੋਈ ਥੋੜ੍ਹੀ ਪੜ੍ਹਦਾ ਕੋਈ ਜ਼ਿਆਦਾ ਪੜ੍ਹਦਾ ਕਹਿਣ ਦਾ ਭਾਵ ਸਮਾਂ ਅਸੀਂ ਘੱਟ ਲਾ ਕੇ ਰਹਿ ਗਏ ਤੇ ਸਾਧ ਸੰਗਤ ਜੀ ਨਾਮ ਜਪਣ ਕੋ ਜੈਬਾ ਦਿੱਤੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ 24,000 ਰੋਜ਼ ਦਾ ਘੱਟ 24,000 ਸਵਾਸ ਸਾਡਾ ਆਦਰ ਮੈਨੀ ਅਵਸਥਾ ਵਿੱਚ ਨਿਤ ਨਿਕਲਦਾ ਆਮਦਨ ਮੂਲ ਨਾ ਥੀਵੇ ਉਹ ਜਿਸ ਬੰਦੇ ਨੂੰ ਇੰਨਾ ਘਾਟਾ ਸੋ ਬੰਦਾ ਕਿਵੇਂ ਜੀਵੇ ਕਿਸੇ ਵਿਦਵਾਨ ਦਾ ਕਹਿਣਾ ਕਹਿੰਦੇ ਜਿਹਨੂੰ 24,100 ਰੁਪਈਆ ਸਾਡਾ ਡਿੱਗ ਜੇ ਨਾ ਐ ਨੀ ਬੱਚਿਆਂ ਦੇ ਬਿਸਤਰੇ ਵਗਾ ਵਗਾ ਮਾਰਦੇ ਤੇਰੇ ਥੱਲੇ ਤਾਂ ਨਹੀਂ ਹੈ ਤੈਂ ਤਾਂ ਨਹੀਂ ਕਿਤੇ ਚੱਕ ਕੇ ਜੇਬ 'ਚ ਪਾ ਲਿਆ ਹੁੰਦਾ ਨਾ 24,000 ਰੋਜ਼ ਸਵਾਸ ਨਿਕਲਦਾ ਹੈ ਮਹਾਰਾਜ ਜੀ ਕਹਿੰਦੇ ਕਦੇ ਸੋਚੀ ਨਹੀਂ ਕਦੇ ਸੋਚਿਆ ਨਹੀਂ ਵੀ ਇਹ ਜਾਈ ਜਾ ਰਹੇ ਨੇ ਗਣ ਘਰ ਲਏ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ ਕਹਿੰਦੇ ਬੜੇ ਗਿਣਤੀ ਮਿਣਤੀ ਦੇ ਨੇ ਵਾਧੇ ਘਟਦੇ ਨਹੀਂ ਜਿੰਨੇ ਪਰਮਾਤਮਾ ਨੇ ਦਿੱਤੇ ਨੇ ਓਨੀ ਅਸੀਂ ਲੈਣੇ ਨੇ ਪਰ ਅਸੀਂ ਇਹਨਾਂ ਦੀ ਕੀਮਤ ਜਾਣੀ ਹੀਰਾ ਲਾਲ ਅਮੋਲਕ ਹੈ ਭਾਰੀ ਹੀਰਾ ਤਾਂ ਹੈ ਅਮੋਲਕ ਹੈ ਬਿਨ ਗਾਹਕ ਨੀਕਾ ਕਾਖਾ ਨੀਕਾ ਮਤਲਬ ਉਹਦਾ ਬਰਾਬਰ ਕਹਿੰਦੇ ਜੇ ਉਹਦਾ ਕੋਈ ਗਾਹਕ ਨਹੀਂ ਉਹ ਕੱਖਾਂ ਦੇ ਬਰਾਬਰ ਹੈ ਖੋ ਸਤਨਾ ਉਹ ਮੱਖਾਂ ਦੇ ਲਾਲਾਂ ਨੂੰ ਕੱਟੇ ਵਿੱਚ ਰੋਲੀ Oh,
سانگت لکھان دے لال نے جوڑے ساڑے سواس ساریاں چیزاں مل جانگیاں جوڑے سواس نے نا اے ملنی مل دے ایک واری مہاراجا پٹیارا ہویا بمار بڑے ڈاکٹر بلائے مہارانی کہیں دی اے فرانس تو ڈاکٹر منگایا کہیں دی پانچ چار منٹ گلاں کرا دے راجا شریر شٹ گیا رانی فرانس تو آئے ڈاکٹر نو کہیں دی تو تا بہت باہر سی میرے نال پانچ چار منٹ گلاں کرا دینیا سی ڈاکٹر کہیں دا رانی اے میں لوکاں نال علاج کردا جتے سما میرے تے آ گیا نا گل میرے تو نہیں ہونی آکھو ستنا اس کر کے سانو منکھا جنم دی قدر کرنی چاہیے پرابت منکھ دے ہوئی آ گوبند ملن کی اے تیری واری آہی واری امر کاج تیرے کتے نہ کام ملے ساد سنگت بھج کیول ساد سنگت کر کر تھاکے بڑے بڑے رے کنی ہی نہ کی ایک کاج مایا پورے کوئی نہیں کر سکیا دادے تو بھی رہ گئے ساد سنگے جی باپو تو بھی رہ گئے آپا کو بھی رہ جانے نے پوتریاں تو منڈیاں تو بھی پوتریاں پروتریاں تو سب تو رہ جانے پورے نہیں کوئی کر سکتا مہارے کہندے کر کر تھکے بڑے بڑے رے کنی ہی نہ کی ایک کاج مایا پورے کوئی پورے کام کر کے تو گیا ہی نہیں کوئی نہ کوئی کاج تا ادھورا رہ جانا ساد سنگے جی اج برتی جڑی ہوئی ہے اس بیبی دی تے ساد سنگت پھر بابا بڈن شاہ جی بینتی کر دے کہتے پھر مینوں گرو نانک دے درشن ہو سکتے نا میں بھی انہاں تو بینتی کرا تے میرے تے بھی کرپا کر دینا ہو جنہیں تیری برتی جڑی ہے میری بھی جڑ دے تے ساد سنگے جی کی آکھیا پھر وہ بیبی کہندی بھی درشن تے ہو سکتے نا آج میرے بچوں نا پورا درشن ہو من پانا کول کمائی تے سمیتر بچولے جائے میں لکانت پشاڑا وہ کہندی بچولا پورا ہووے درشن ہو سکتا ہے پام لاؤنا را ہووے جنہیں سلکھڑی نو پائی گردان جی نے ملاتا سیشے میں پاشا ویسے تو پتران تو جواب دیتا اس پر جسے رے بچولا پورا پا پائی گردان جی ملے تو انہوں نے داتا بھی مل گیا گرو جی نے کرپا کر دیتی تے ساد سنگے جی کہنا پھر دس طریقہ پتری کوئی طریقہ دس جی دے نال مینوں ددارے ہون
ਤਾਂ ਸਾਧ ਸੰਗਤ ਜੀ ਉਹ ਬੀਬੀ ਕਹਿੰਦੀ ਹੈ ਬਾਬਾ ਐਉਂ ਕਰ ਅੱਖਾਂ ਕਰ ਲੈ ਬੰਦ ਗੁਰੂ ਨਾਨਕ ਨੂੰ ਬੈਠ ਕੇ ਯਾਦ ਕਰ ਧੀ ਇਹ ਪਤਾ ਕਿ ਪਤਾ ਨਹੀਂ ਕਿੱਥੇ ਹੋਣਗੇ ਉਹ ਬੀਬੀ ਕਹਿੰਦੀ ਕਿਤੇ ਵੀ ਹੋਣ ਤੈਨੂੰ ਦਰਸ਼ਨ ਜ਼ਰੂਰ ਦੇਣਗੇ ਯਾਦ ਕਰ ਸਾਧ ਸੰਗਤ ਜੀ ਆਪਾਂ ਦੇਖੇ ਬਿਨਾਂ ਨਾ ਤਵਾਰ ਨਹੀਂ ਕਰਦੇ ਅਸੀਂ ਦੇਖੇ ਬਿਨਾਂ ਵਿਸ਼ਵਾਸ ਨਹੀਂ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਤੇ ਵੀ ਅਸੀਂ ਵਿਸ਼ਵਾਸ ਨਹੀਂ ਕਰਦੇ ਜਿਹੜੇ ਦੰਭੀ ਪਖੰਡੀ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਤੋੜਦੇ ਨੇ ਅਤੇ ਆਪਣੇ ਸਰੀਰਾਂ ਨਾਲ ਜੋੜਦੇ ਨੇ ਉਹਨਾਂ ਦੇ ਸਰੀਰ ਨੂੰ ਦੇਖ ਕੇ ਗੱਲਬਾਤ ਕਰਕੇ ਉਹਨਾਂ ਨਾਲ ਜੁੜ ਜਾਂਦੇ ਉਹਨਾਂ 'ਤੇ ਵਿਸ਼ਵਾਸ ਕਰਦੇ ਹਾਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਵਿਸ਼ਵਾਸ ਕਰੋ ਜਿਹਨੇ ਲੋਕ ਪ੍ਰਲੋਕ 'ਚ ਸਾਡੀ ਰੱਖਿਆ ਕਰਨੀ ਆ ਖੁਸ ਸਤਨਾ ਆਪਣੀ ਪ੍ਰਤੀਤ ਆਪ ਹੀ ਖੋਵੇ ਜੇ ਹੁਣ ਮਨੁੱਖਾ ਜਨਮ ਲੈ ਕੇ ਅਸੀਂ ਵਿਸ਼ਵਾਸ ਨਾ ਕਰਿਆ ਬਾਣੀ ਨਾ ਪੜ੍ਹੀ ਬਹੁਤ ਉਸਕਾ ਵਿਸ਼ਵਾਸ ਰਿਹਾ ਮੁੜ ਕੇ ਮਨੁੱਖਾ ਜਨਮ ਨਹੀਂ ਦੇਣਾ ਰੱਬ ਗੁਰੂ ਨੇ ਪਰਮਾਤਮਾ ਨੂੰ ਫਿਰ ਨਹੀਂ ਦੇਣਾ ਸਾਢੇ 7 ਅਰਬ ਸਾਲ ਲੱਗ ਜਾਂਦੇ ਨੇ 84 ਭੁੱਖ ਫਿਰ ਕਿਤੇ ਚੰਗਾ ਕਰਮ ਕੀਤੇ ਫਿਰ ਮਨੁੱਖਾ ਜਨਮ ਮਿਲਦਾ ਜੇ ਵੀ ਅਜਾਈ ਸਾਧ ਸੰਗਤ ਜੀ ਗਵਾ ਲਿਆ ਤੇ ਫਿਰ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਇੱਕ ਬੰਦਾ 20 ਟੰਬਿਆਂ ਦੀ ਪੌੜੀ 'ਤੇ ਚੜ੍ਹਦਾ ਜੇ 20ਵੇਂ ਟੰਬੇ ਤੋਂ ਹੱਥ ਨਿਕਲ ਗਏ ਨਾ ਪਹਿਲਾਂ ਪਹਿਲੇ 'ਤੇ ਚੜ੍ਹਨਾ ਪਊਗਾ ਖੁਸਤ ਨਾ ਫਿਰ ਦੂਜਾ ਤੀਜਾ ਫਿਰ ਜਾ ਕੇ 20ਵੇਂ 'ਤੇ ਪਹੁੰਚਣਾ ਇਸੇ ਤਰ੍ਹਾਂ ਜੇ ਇੱਥੋਂ ਪੈਰ ਤਿੜਕ ਗਿਆ ਮਨੁੱਖਾ ਦੇਹੀ ਪ੍ਰਾਪਤ ਹੋਣ ਤੋਂ ਬਾਅਦ ਵੀ ਤੇ ਫਿਰ ਸਾਧ ਸੰਗਤ ਜੀ ਫਿਰ ਸਾਰੀਆਂ ਜੂਨਾਂ ਵਿੱਚ ਕੁੱਕਰੇ ਸੂਕਰੇ ਗਰਦ ਵੇ ਕਾਂਕੇ ਸਰਪਨੇ ਧੁਲ ਖਲਾ ਹੈ ਗੁਰਮੰਤ ਹੀ ਜੋ ਪ੍ਰਾਪਤ ਮਹਾਰਾਜ ਕਹਿੰਦੇ ਫਿਰ ਇਹਨਾਂ ਜੂਨਾਂ 'ਚ ਪੈਣਾ ਪੈਣਾ ਤੇ ਸਾਧ ਸੰਗਤ ਜੀ ਉਹ ਬੀਬੀ ਕਹਿੰਦੀ ਹੈ ਬਾਬਾ ਲਾ ਲੈ ਬਿਰਤੀ ਜੋੜ ਲੈ ਯਾਦ ਕਰ ਗੁਰੂ ਨਾਨਕ ਨੂੰ ਆ ਕੇ ਦਰਸ਼ਨ ਜ਼ਰੂਰ ਦੇਣ ਤੇ ਸਾਧ ਸੰਗਤ ਦੀ ਬਿਰਤੀ ਜੋੜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰ ਲੈ ਕਦੋਂ ਦਿਦਾਰੇ ਬਖਸ਼ੋਂਗੇ ਹੁਣ ਕਦੋਂ ਦਿਦਾਰੇ ਕਦੋਂ ਦਿਦਾਰੇ ਬਖਸ਼ੋਂਗੇ ਹੁਣ ਕਦੋਂ ਦਿਦਾਰੇ ਬਖਸ਼ੋਂਗੇ ਬੁੱਢਣ ਸ਼ਾਹ ਮਹਾਰਾਜ ਕਿਰਪਾ ਕਰੋ ਹੁਣ ਬੈਠਾ ਸਾਧ ਸੰਗਤ ਜੀ ਗੁਰੂ ਨਾਨਕ ਜੀ ਨੂੰ ਯਾਦ ਕਰੀਏ ਸੱਚੇ ਪਾਤਸ਼ਾਹ ਦਰਸ਼ਨ ਦਿਓ ਸੱਚੇ ਪਾਤਸ਼ਾਹ ਦਰਸ਼ਨ ਦਿਓ ਬੀਬੀ ਹੁਣ ਕਦੇ ਕਦੇ ਆਉਂਦੀ ਹੈ ਆ ਕੇ ਬਾਬਾ ਬੁੱਢਣ ਸ਼ਾਹ ਜੀ ਨੂੰ ਪੁੱਛਦੀ ਹੈ ਬਾਬਾ ਜੀ ਹੁਣ ਜਿਹੜੀਆਂ ਨਮਾਜ਼ਾਂ ਪੜ੍ਹਦੇ ਹੁੰਦੇ ਸੀ 5 ਪੜ੍ਹਦੇ ਹੁੰਦੇ ਹੋ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਨਵਾਜ਼ਾਂ ਹੁਣ ਨਵਾਜ਼ਾਂ ਮੈਂ ਕਾਹਦੀਆਂ ਪੜ੍ਹਦੀ
ਜਿਹੜੇ ਦਿਲ ਮਨ ਦੇ ਨਾਲ ਮੈਂ ਨਵਾਜ਼ ਪੜ੍ਹਨੀ ਸੀ ਨਾ ਜੀ ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ ਖਾਲੀ ਹੋਵੇ ਮੇਰੇ ਦਿਲ ਚ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਬਹਿ ਗਏ ਨਵਾਜ਼ਾਂ ਕਿਹਦੀਆਂ ਪੜਾਂ ਹੁਣ ਨਵਾਜ਼ਾਂ ਨਹੀਂ ਪੜਦਾ ਬਸ ਗੁਰੂ ਨਾਨਕ ਦਾ ਨਾਮ ਲੈਣਾ ਤੇ ਤੇਰੇ ਉਹ ਬੀਬੀ ਕਹਿੰਦੀ ਬਾਬਾ ਮੈਨੂੰ ਇਉਂ ਲੱਗਦਾ ਵੀ ਇੱਥੇ ਕਿਤੇ ਗੁਰੂ ਨਾਨਕ ਜੀ ਨੇੜੇ ਆ ਗਏ ਇੱਥੇ ਨੇੜੇ ਪਹੁੰਚੇ ਹੋਏ ਨੇ ਮੈਂ ਮਹਿਸੂਸ ਕਰਦੀ ਹਾਂ ਕਿਉਂਕਿ ਪਰਮੇਸ਼ੁਰ ਨੂੰ ਅਸੀਂ ਮਹਿਸੂਸ ਕਰਨਾ ਹੁਣ ਕਈ ਕਹਿੰਦੇ ਸਾਨੂੰ ਰੱਬ ਦਿਖਾਓ ਰੱਬ ਕੋਈ ਸਾਧ ਸੰਗਤ ਦੀ ਵਸਤੂ ਥੋੜ੍ਹੇ ਵੀ ਆਪਾਂ ਚੱਕ ਕੇ ਦਿਖਾਵਾ ਰੱਬ ਕੋਈ ਚੀਜ਼ ਨਹੀਂ ਜੋ ਅਸੀਂ ਦਿਖਾ ਦਾਂਗੇ ਗੁਰੂ ਤੇਗ ਬਹਾਦਰ ਜੀ ਤੋਂ ਪੁੱਛੋ ਕਿਵੇਂ ਦਰਸ਼ਨ ਹੁੰਦੇ ਨੇ ਪਉਪ ਮਧ ਜੋ ਵਾਸ ਵਾਸਤੇ ਮੁਕਰਮਾ ਹੈ ਜੈਸੇ ਸ਼ਾਹੀ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ ਪਾਤਸ਼ਾਹ ਕਹਿੰਦੇ ਜਿਵੇਂ ਫੁੱਲਾਂ 'ਚ ਵਾਸ਼ਨਾ ਵਸਦੀ ਹੈ ਅਤੇ ਸਾਧ ਸੰਗਤ ਜੀ ਉਦੀ ਪਰਮੇਸ਼ੁਰ ਜਿਹੜਾ ਹੈ ਉਹ ਦੁਨੀਆਂ ਵਿੱਚ ਵੱਸਦਾ ਉਹਨੂੰ ਮਹਿਸੂਸ ਕਰਦਾ ਜੇ ਸਿਰ 'ਚ ਦਰਦ ਹੁੰਦਾ ਵੀ ਡਾਕਟਰ 'ਤੇ ਦਿਖਾ ਕਿੱਥੇ ਹੁੰਦਾ ਫਿਰ ਕਿਵੇਂ ਦਿਖਾਵਾਂਗੇ ਪੇਟ 'ਚ ਦਰਦ ਹੁੰਦਾ ਕਿਵੇਂ ਦਿਖਾਵਾਂਗੇ ਸਾਧ ਸੰਗਤ ਜੀ ਬਸ ਕਹਿਣਾ ਹੀ ਪੈਂਦਾ ਵੀ ਦਰਦ ਹੋ ਰਿਹਾ ਮਹਿਸੂਸ ਹੋ ਰਿਹਾ ਇਸੇ ਤਰ੍ਹਾਂ ਪਰਮੇਸ਼ੁਰ ਨੂੰ ਮਹਿਸੂਸ ਕਰਨਾ ਉਹ ਬੀਬੀ ਕਹਿੰਦੀ ਹੈ ਬਾਬਾ ਮੈਨੂੰ ਲੱਗਦਾ ਗੁਰੂ ਨਾਨਕ ਜੀ ਨੇੜੇ ਆਏ ਹੋਏ ਨੇ ਕਿਤੇ ਨੇੜੇ ਆਏ ਹੋਏ ਨੇ ਦਰਸ਼ਨ ਹੋਣਗੇ ਅੱਖਾਂ ਬੰਦ ਕੀਤੀਆਂ ਕਹਿੰਦੀ ਲਾਲਾ ਵਰਤੀ ਕਿਰਪਾ ਹੋ ਜਾਣੀ ਹੈ ਫਿਰ ਅੱਖਾਂ ਬੰਦ ਕੀਤੀਆਂ 3 ਘੰਟੇ ਬੁੱਢਣ ਸ਼ਾਹ ਜੀ ਤਪੱਸਿਆ ਕਰੀਗੇ ਨਾਮ ਜਪੀ 3 ਘੰਟਿਆਂ ਬਾਅਦ ਜਦੋਂ ਅੱਖਾਂ ਖੋਲੀਆਂ ਨਾ ਸਾਹਮਣੇ ਥੜੇ ਥੜੇ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਆਖੋ ਸਤਨਾਮ ਧੰਨ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਤੇ ਸਾਧ ਸੰਗਤ ਜੀ ਹੋ ਗਏ ਦਰਸ਼ਨ ਸਾਧ ਸੰਗਤ ਜੀ ਕੀਤੇ ਦਰਸ਼ਨ ਰੱਜ ਰੱਜ ਕੇ ਨੇੜੇ ਦੁੱਧ ਲਿਆਇਆ ਦੁੱਧ ਛਕਾਉਣ ਨੂੰ 3 ਘੰਟੇ ਸਮਾਧੀ ਲਾਈ ਫਿਰ ਅੱਖਾਂ ਖੋਲੀਆਂ 3 ਘੰਟੇ ਗੁਰੂ ਨਾਨਕ ਸਾਹਿਬ ਜੀ ਕੋਲ ਰਹੇ ਗੱਲਾਂ ਕੀਤੀਆਂ ਦੁੱਧ ਛਕਾਉਣ ਵਾਸਤੇ ਕਿਹਾ ਮਹਾਰਾਜ ਕਹਿੰਦੇ ਅਜੇ ਨਹੀਂ 6ਵੇਂ ਜਾਮੇ 'ਚ ਮਹਾਰਾਜ ਮੈਂ ਉਦੋਂ ਤੱਕ ਜਿਉਂਦਾ ਰਹੋ ਮਹਾਰਾਜ ਕਹਿੰਦੇ ਹਾਂ ਤੂੰ ਜਿਉਂਦਾ ਰਵੇਂਗਾ ਤੈਨੂੰ ਕੁਛ ਨਹੀਂ ਹੋਵੇਗਾ ਉਮਰ ਲੰਮੀ ਹੈ ਜਦੋਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ 3 ਘੰਟਿਆਂ ਬਾਅਦ ਜਾਣ ਦੀ ਗੱਲ ਕੀਤੀ ਨਾ
ਬੁੱਢਣ ਸ਼ਾਹ ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਹੁਣ ਬਚ ਸਕਦਾ ਵਿਛੋੜਾ ਸੁਣੇ ਦੁੱਖ ਵੀ ਡਿੱਠੇ ਮਰੇ ਹੋ ਬਾਝ ਪਿਆਰੇ ਆਪਣੇ ਬਿਰਹੀ ਨਾ ਤਿਰੋ ਮਹਾਰਾਜ ਮੈਂ ਤਿੰਨ ਸਾਲ ਤਿੰਨ ਘੰਟਿਆਂ ਦਾ ਬੱਚਾ ਤੇਰਾ ਪਿਛਲੀ ਉਮਰ ਨਹੀਂ ਮੈਂ ਗਿਣਦਾ ਹੁੰਦਾ ਜਿਵੇਂ ਸੈਂਪਲੀ ਸਾਹਿਬ ਵਾਲੇ ਮਹਾਂਪੁਰਖ ਨਾ ਜੇ ਪੁੱਛਦਾ ਵੀ ਬਾਬਾ ਜੀ ਕਿੰਨੀ ਉਮਰ ਹੋ ਗਈ ਉਹ ਕਹਿੰਦੇ 90 ਸਾਲ ਉਮਰ ਸੀ ਉਹਨਾਂ ਦੀ 110 ਸਾਲ ਦੀ ਸਾਰੇ ਪੁੱਛਦੇ ਮਹਾਂਪੁਰਖਾਂ ਨੂੰ ਵੀ ਤੁਸੀਂ 90 ਸਾਲ ਕਿਉਂ ਕਹਿੰਦੇ ਹੋ 110 ਕਿਉਂ ਨਹੀਂ ਕਹਿੰਦੇ ਸੰਤ ਕਹਿੰਦੇ ਜਿਹੜੇ ਸਮੇਂ 'ਚ ਮੈਂ ਰੱਬ ਦਾ ਨਾਮ ਨਹੀਂ ਜਪਿਆ ਮੈਂ ਗਿਣਦਾ ਹੀ ਨਹੀਂ ਆਖੋ ਸਤਨਾਮ 20 ਸਾਲ ਇੱਦਾਂ ਹੀ ਲੰਘ ਗਏ ਸੀ ਉਹ ਤਾਂ ਫਿਰ ਮੇਰੇ ਕਿਸੇ ਲੇਖੇ ਵਿੱਚ ਨਹੀਂ ਨਾ ਜਦੋਂ ਗੁਰੂ ਨਾਲ ਜੁੜ ਗਏ ਪਰਮੇਸ਼ਰ ਦਾ ਭਜਨ ਕਰਨ ਲੱਗ ਗਏ ਇਹੀ ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੇ ਗੁਜਰੇ ਪੈਂਦੀ ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵੈ ਜਾਂ ਕਹਿ ਲਓ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੰਜੋਗੜਾ ਜਿਤ ਡੱਠਾ ਗੁਰਦਰਸਾ ਉਹ ਸਮਾਂ ਲੇਖੇ 'ਚ ਅਤੇ ਸਾਹ ਸੰਗੇ ਜੀ ਹੁਣ ਧੰਨ ਗੁਰੂ ਨਾਨਕ ਜੀ ਨੇ ਜਿਸ ਵੇਲੇ ਜਾਣ ਦੀ ਗੱਲ ਕਹੀ ਨਾ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਸੱਚੇ ਪਾਤਸ਼ਾਹ 3 ਘੰਟਿਆਂ ਦੇ ਬੱਚੇ ਨੂੰ ਛੱਡ ਕੇ ਜਾ ਰਹੇ ਹੋ ਸੱਚੇ ਪਾਤਸ਼ਾਹ ਜਿਵੇਂ ਮਛਲੀ ਨੀਰ ਬਿਨਾਂ ਨਹੀਂ ਬਚਦੀ ਉਹ ਡੰਜੋਂ ਬਚਦੀ ਮੱਛੀ ਨੀਰ ਤੋਂ ਹੋਵੇ ਜੀਵਨ ਪਾਉ ਮਹਾਰਾਜ ਜੀ ਜਿਵੇਂ ਮਛਲੀ ਪਾਣੀ ਬਿਨਾਂ ਬਚਦੀ ਨਹੀਂ ਤੇ ਤੁਸੀਂ ਮੈਨੂੰ ਛੱਡ ਕੇ ਚੱਲੇ ਹੋ ਮੇਰੀ ਜ਼ਿੰਦਗੀ ਮਾਮਲੇ ਕਿਵੇਂ ਬਚੇਗੀ ਮਹਾਰਾਜ ਕਹਿੰਦੇ ਜਾਣਾ ਪੈਣਾ ਤੈਨੂੰ ਹੁਣ ਦਿਦਾਰੇ ਹੋਣਗੇ 6ਵੇਂ ਜਾਮੇ 'ਚ ਮਹਾਰਾਜ ਬਚੋ ਮਹਾਰਾਜ ਕਹਿੰਦੇ ਤੂੰ ਮਰਦਾ ਨਹੀਂ ਉਮਰ ਬਹੁਤ ਵੱਡੀ ਫਿਰ ਦੂਜੇ ਪਾਤਸ਼ਾਹ ਆਏ ਤੀਜੇ ਆਏ ਉਹ ਬੇਬੀ ਦਾ ਪਰਿਵਾਰ ਉਹ ਵੀ ਕਿਉਂਕਿ ਇਤਨੀ ਉਮਰ ਨਹੀਂ ਸੀ ਉਹ ਵੀ ਸਰੀਰ ਛੱਡ ਕੇ ਜਿਹੜੀ ਬੀਬੀ ਆਉਂਦੀ ਹੁੰਦੀ ਸੀ ਫਿਰ ਗੁਰੂ ਅਮਰਦਾਸ ਜੀ ਆਏ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਆਏ ਫਿਰ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰ ਮਾਲਕ ਇੱਕ ਦਿਨ ਬੈਠਾ ਸਾਧ ਸੰਗਤ ਜੀ ਬੁੱਢਣ ਸ਼ਾਹ ਗੁਰੂ ਜੀ ਨੂੰ ਯਾਦ ਕਰਦਾ ਜੋ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਕੇ ਆਏ ਖਿੱਚ ਪਈ ਮਾਨੋ
ਕਿਉਂਕਿ ਸਾਧ ਸੰਗਤ ਜੀ ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਮ ਦੇਤਾ ਇੱਕ ਕਦਮ ਗੁਰੂ ਵੱਲ ਪੱਟਾਂਗੇ ਦੋ ਮਿੰਟ ਦਾ ਪ੍ਰੇਮ ਗੁਰੂ ਨਾਲ ਕੀਤਾ ਕਰੋੜਾਂ ਸਾਧ ਸੰਗਤ ਜੀ ਮਿੰਟਾਂ ਦਾ ਪ੍ਰੇਮ ਗੁਰੂ ਜੀ ਸਾਡੇ ਨਾਲ ਕਰ ਖਿੱਚ ਪਈ ਮਾਨੋ ਤੂੰ ਯਾਦ ਕਰਦਾ ਤੇ ਸਾਧ ਸੰਗਤ ਜੀ ਤਿਆਰ ਹੋਏ ਸਿੱਖਾਂ ਸਮੇਤ ਕਹਿ ਕੇ ਗਏ ਸੀ ਧੰਨ ਗੁਰੂ ਨਾਨਕ ਜੀ ਅੱਜ ਪਦਮਾ ਬਾਣਾ ਪਾਇਆ ਵੱਡਣ ਸ਼ਾਹ ਨੂੰ ਕਿਹਾ ਪੈਰਾਂ ਚ ਖੜਾਮਾ ਨੇ ਉਹ ਜਦੋਂ ਫੇਰ ਆਵਾਂਗੇ ਉਦੋਂ ਪੈਰਾਂ ਚ ਮੱਖਮਲੀ ਜੋੜਾ ਹੋਊਗਾ ਰਾਜੇ ਮਹਾਰਾਜਿਆਂ ਵਾਲੇ ਵਸਤਰ ਸ਼ਸਤਰ ਪਹਿਨੇ ਹੋਏ ਹੋਣਗੇ ਅੱਜ ਸਾਦਾ ਪਰਨਾ ਬੰਨਿਆ ਹੋਇਆ ਫਿਰ ਕਲਗੀ ਲੱਗੀ ਹੋਈ ਹੋਊਗੀ ਆਖੋ ਸਤਨਾਮ ਹੁਣ ਉਦਾਸੀਆਂ ਵਾਲਾ ਭੇਖ ਹੈ ਤੇ ਫੇਰ ਰਾਜਿਆਂ ਵਾਲਾ ਹੋ ਆ ਗਏ ਸਤਿਗੁਰੂ ਸਾਧ ਸੰਗਤ ਜੀ ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਕੋਟ ਪਿੰਡ ਅੱਗੋਂ ਲੈਣ ਆਉਂਦੇ ਕਰੋੜਾਂ ਕਦਮਾਂ ਅੱਗੋਂ ਲੈਣ ਆਉਂਦਾ ਆਏ ਤੇ ਸਾਧ ਸੰਗਤ ਜੀ ਅੱਖਾਂ ਕੀਤੀਆਂ ਹੋਈਆਂ ਨੇ ਬੰਦ ਇਸ ਵੇਲੇ ਛੇਵੇਂ ਪਾਤਸ਼ਾਹ ਆਏ ਤੇ ਆ ਕੇ ਆਖਿਆ ਖੋਲ ਅੱਖਾਂ ਨੇਤਰ ਕਰ ਪ੍ਰਕਾਸ਼ ਇਹਨੂੰ ਯਾਦ ਕਰਦਾ ਆ ਕੇ ਕਰ ਦਰਸ਼ਨ ਜਿਸ ਵੇਲੇ ਕੀਤੇ ਦਰਸ਼ਨ ਸਤਿਗੁਰਾਂ ਦਾ ਮਨਮੋਹਣਾ ਚਿਹਰਾ ਜਲਾਲ ਬੜਾ ਛੇਵੇਂ ਪਾਤਸ਼ਾਹ ਦੇ ਚਿਹਰੇ ਤੇ ਕਲਗੀ ਸਜੀ ਹੋਈ ਹੈ ਹਜ਼ਾਰਾਂ ਨਾਲ ਸਾਧ ਸੰਗਤ ਜੀ ਘੋੜ ਸਵਾਰ ਸਿੱਖ ਨੇ ਅੱਖਾਂ ਖੋਲੀਆਂ ਨਿਦਾਰੇ ਕੀਤੇ ਤੇ ਸਾਧ ਸੰਗਤ ਜੀ ਦੇਖਦੇ ਹੀ ਰਹਿ ਗਏ ਕਿਉਂਕਿ ਦਰਸ਼ਨ ਪਿਆਸੀ ਦਿਨ ਸਰਾਤ ਬੜੇ ਚਿਰ ਤੋਂ ਪਿਆਸਾ ਸੀ ਪੰਥ ਨੇ ਹਰ ਕੰਮ ਨੀ ਲੋਚਨ ਭਰੀ ਲਿਓ ਸਾਸਾ ਔਰ ਨਾ ਭੀਜੇ ਪਦ ਨਾ ਖੀਸੇ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਦੇਖ ਮਿਲੀ ਜਾ ਆਪਣੇ ਰਾਮ ਪਿਆਰ ਕਰਦਾ ਸੀ ਚੇਤੇ ਅੱਜ ਐਸਾ ਮਨ ਮੋਹ ਲਿਆ ਮੇਰਾ ਸਤਿਗੁਰ ਨੇ ਮਨ ਮੋਹਿਆ ਨੈਣੀ ਵਾਸੀ ਵਾਸੀ I'm sorry.
ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜ ਐਸੇ ਤੀਰ ਸਤਗੁਰਾਂ ਦਾ ਦਰਸ਼ਨ ਕਰਕੇ ਵੱਜੇ ਵਡਣ ਸ਼ਾਹ ਦੇ ਮਹਾਰਾਜ ਕਹਿੰਦੇ ਬਾਬਾ ਆ ਗਏ ਕਰ ਲੈ ਦਰਸ਼ਨ ਕੀਤੇ ਦਰਸ਼ਨ ਬਹੁਤ ਬਜ਼ੁਰਗ ਉਮਰ ਹੋ ਗਈ ਬੜੀ ਵਡੇਰੀ ਉਮਰ ਹੋ ਗਈ ਤੇ ਸਾਧ ਸੰਗਤ ਜੀ ਗੁਰੂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਤੇ ਦਰਸ਼ਨ ਦੁੱਧ ਛਕਾਇਆ ਕਹਿੰਦਾ ਮਹਾਰਾਜ ਬੜਾ ਸਮਾਂ ਹੋ ਗਿਆ ਉਡੀਕਦਿਆਂ ਨੂੰ ਅਸੀਂ ਤਾਂ ਕੱਦੇ ਘੜੀਆਂ ਦੇਖਣ ਲੱਗੇ ਹਾਂ ਵੀ 5 ਵਜ ਕੇ ਉੱਥੋਂ ਦੀ ਤਾਂ ਟੱਪ ਗਿਆ ਟਾਈਮ ਕਿਉਂਕਿ ਇੱਥੇ ਸਮਾਂ ਅਸੀਂ ਬੜਾ ਸੀਮਿਤ ਰੱਖਦੇ ਜਿੱਥੇ ਤਾਸ਼ ਖੇਡਣਾ ਫਿਰ ਨਹੀਂ ਸਮਾਂ ਸੀਮਿਤ ਹੁੰਦਾ ਇੱਕ ਬਾਜੀ ਲੱਗ ਜੇ ਦੋ ਲੱਗ ਜੇ 7 ਘੰਟੇ ਲੱਗ ਜਾਣ ਗੁੱਸਾ ਚੰਗਾ ਪਏ ਲੱਗ ਜਾਣ ਕੋਈ ਚੱਕਰ ਨਹੀਂ ਇੱਥੇ ਸਮਾਂ ਸਾਧ ਸੰਗਤ ਜੀ ਸਾਡੇ ਕੋਲ ਸੀਮਿਤ ਹੁੰਦਾ ਤੇ ਸਾਧ ਸੰਗਤ ਜੀ ਇੰਨੀ ਉਡੀਕ ਕੀਤੀ ਵੇਟ ਕੀਤੀ ਗੁਰੂ ਨਾਨਕ ਧੰਨ ਗੁਰੂ ਹਰਗੋਬਿੰਦ ਗੁਰੂ ਨਾਨਕ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਦੇ ਦਰਸ਼ਨ ਹੋਏ ਮਹਾਰਾਜ ਕਹਿੰਦੇ ਬੋਲ ਰਾਜਾ ਬਣਾ ਦਿਆਂ ਮੁਕਤੀ ਦੇ ਦਿਆਂ ਕਹਿੰਦਾ ਮਹਾਰਾਜ ਜੀ ਹੁਣ ਸਾਰੇ ਰੰਗ ਮਾਣੇ ਨੇ ਤੇ ਹੁਣ ਤੁਸੀਂ ਕਿਰਪਾ ਕਰੋ ਛੁੱਟੀਆਂ ਬਖਸ਼ੋ ਹੁਣ ਤਾਂ ਵਡੇਰਾ ਹੋ ਗਿਆ ਜਿਵੇਂ ਬਾਬੇ ਫਰੀਦ ਨੇ ਸਾਧ ਸੰਗਤ ਜੀ ਕਹਿ ਦਿੱਤਾ ਪੜੋ ਪਏ ਸਮਾਪਤੀ ਕਰੋ ਤਨ ਸੁੱਖ ਤੇ ਹਟਾਂ ਦਾ ਪੰਜਾ ਹੋ ਗਿਆ ਥਲੀਆਂ ਕੁੰਡੇ ਖਾਦ ਹਜੇ ਸੋ ਰੱਬ ਨਾ ਬੋੜੇ ਉਹ ਵੇਖ ਬੰਦੇ ਕੇ ਪਾ ਏਦਾਂ ਦਾ ਵਡੇਰਾ ਸਰੀਰ ਹੋ ਗਏ ਮਹਾਰਾਜ ਨੇ ਇੱਕੋ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਤਰੁੱਠੇ ਆਉਣਾ ਆਹ ਕਿਰਪਾ ਕਰ ਦੋ ਤੇ ਸਾਧ ਸੰਗਤ ਦੀ ਜਿਹੜੀ ਅਖੀਰ ਗੁਰੂ ਦੇ ਚਰਨਾਂ ਵਿੱਚ ਬੀਤੇ ਉਹ ਅਖੀਰ ਦਾ ਕਹਿ ਪੈਣਾ ਜਿਹੜਾ ਸਮਾਂ ਗੁਰੂ ਚਰਨਾਂ ਵਿੱਚ ਲੱਗ ਜਾਵੇ ਹੁਣ ਆ ਜਿਹੜਾ ਤੁਸੀਂ ਸਮਾਂ ਲਾਇਆ ਬਤੀਤ ਕੀਤਾ ਇਹਦੀ ਕੀਮਤ ਸਾਧ ਸੰਗਤ ਜੀ ਬਹੁਤ ਵੱਡੀ ਬਣ ਜਾਣੀ ਹੈ ਸ਼ਾਇਦ ਪਿਛਲੀ ਸਾਰੀ ਜ਼ਿੰਦਗੀ ਦੀ ਕੀਮਤ ਨਾ ਬਣੇ ਜਿੰਨੀ ਆ ਸਤਸੰਗ ਦੇ ਸਮੇਂ ਦੇ ਬਣ ਜਾਣ ਤੇ ਸਾਧ ਸੰਗਤ ਜੀ ਇੱਕੋ ਬੇਨਤੀ ਕੀਤੀ ਕੀ ਆਖਿਆ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਮਹਾਰਾਜ ਸਾਹਮਣੇ ਬਹਿ ਜਾਓ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਹਰਮਦਾਸ ਜਦੋਂ ਸਰੀਰ ਛੱਡਿਆ ਸੀ ਸਾਈਂ ਦਾਸ ਕੋਲ ਡਰੌਲੀ ਆਏ ਹੋਏ ਸਨ 6ਵੇਂ ਪਾਤਸ਼ਾਹ ਸਿੱਖ ਭੇਜ ਕੇ ਸੱਦਿਆ ਸੀ ਬਾਬਾ ਬੁੱਢਾ ਜੀ ਨੇ ਮਹਾਰਾਜ ਆਓ ਦਰਸ਼ਨ ਦਿਓ ਮੈਂ ਸੱਚਖੰਡ ਜਾਵਾਂ ਉੱਥੇ ਕੀਤੇ ਸੀ ਦਰਸ਼ਨ ਫਿਰ ਸਾਹਮਣੇ ਬਿਠਾ ਕੇ ਸਾਧ ਸੰਗਤ ਜੀ ਸਰੀਰ ਛੱਡਿਆ ਇਸੇ ਤਰ੍ਹਾਂ ਮਾਤਾ ਕੌਲਾਂ ਨੇ 6ਵੇਂ ਪਾਤਸ਼ਾਹ ਦੇ ਸਾਹਮਣੇ ਬੈਠ ਕੇ ਸਰੀਰ ਛੱਡਿਆ ਸੀ ਚਰਨਾਂ 'ਤੇ ਇਸੇ ਤਰ੍ਹਾਂ ਬਾਬਾ ਬੁੱਢਣ ਸ਼ਾਹ ਜੀ ਕਹਿੰਦੇ ਨੇ ਮਹਾਰਾਜ ਬਹਿ ਜਾਓ ਸਾਹਮਣੇ ਅਤੇ ਮੈਂ ਵੀ 5 ਭੌਤਿਕ ਸਰੀਰ ਦਾ ਤਿਆਗ ਕਰਕੇ ਆਪ ਜੀ ਦੀ ਕਿਰਪਾ ਨਾਲ ਸੱਚਖੰਡ ਚਲਿਆ ਜਾਵਾਂ ਆਖੋ ਸਤਨਾਮ
مارے کرپا کرو میرا سر تیرے چرنا تے ہو جب میری جان نکلے ਫਿਰ ਕੀਤੀ ਬੇਨਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬਾਬਾ ਬੁੱਢਣ ਸ਼ਾਹ ਜੀ ਨੇ ਪੰਜ ਭੂਤਕ ਸਰੀਰ ਦਾ ਤਿਆਗ ਕੀਤਾ ਫਿਰ ਉਹਨਾਂ ਨੇ ਮਤ ਅਨੁਸਾਰ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਕਬਰ ਦੇ ਵਿੱਚ ਜਿਵੇਂ ਆਪਾਂ ਸੰਸਕਾਰ ਕਰਦੇ ਹਾਂ ਉਹ ਕਬਰ ਦੇ ਵਿੱਚ ਦਫ਼ਨ ਕੀਤਾ ਅਤੇ ਸਾਧ ਸੰਗਤ ਸਾਰੀ ਕਿਰਿਆ ਛੇਵੇਂ ਪਾਤਸ਼ਾਹ ਨੇ ਆਪ ਕੀਤੀ ਅਤੇ ਉੱਥੇ ਬਣਾ ਦਿੱਤੀ ਇੱਕ ਕਬਰ ਕੀ ਆਖਿਆ ਬੁੱਢਣ ਸ਼ਾਹ ਤੈਂ ਗੁਰੂ ਨਾਨਕ ਨੂੰ ਪਿਆਰ ਕੀਤਾ ਜਿਹੜੇ ਲੋਕ ਆਉਣਗੇ ਇੱਥੇ ਸਾਡੇ ਦਰਸ਼ਨ ਕਰਨਗੇ ਨਾਲ ਨਾਲ ਤੇਰੀ ਕਬਰ 'ਤੇ ਜਿਹੜਾ ਮੱਥਾ ਟੇਕੋ ਉਹਨਾਂ ਦਾ ਵੀ ਭਲਾ ਹੋਊਗਾ ਖੁਸ਼ ਸਤਨਾਮ ਅਤੇ ਬਾਬੇ ਬੁੱਢਣ ਸ਼ਾਹ ਦੀ ਕਬਰ ਦੇ ਉੱਤੇ ਵੀ ਲਿਖਿਆ ਹੋਇਆ ਕੀ ਲਿਖਿਆ ਹੋਇਆ ऐसा बुढ़न शादा द्वारा जिथे शेर बकरियां चारे शादा द्वारा जिथे शेर बकरियां चारे बुढ़न शादा द्वारा ਐਸੀ ਆਜ਼ਮਤ ਸੀ ਬਾਬਾ ਬੁੱਢਣ ਸ਼ਾਹ ਦੇ ਵਿੱਚ ਇੰਨੀਆਂ ਸ਼ਕਤੀਆਂ ਉਹ ਤਾਂ ਸ਼ੇਰ ਖਾਂਦਾ ਹੁੰਦਾ ਨਾ ਬੱਕਰੇ ਨੂੰ ਬਾਬਾ ਜੀ ਦੇ ਵਿੱਚ ਇੰਨੀ ਪਾਵਰ ਸੀ ਚਾਰਨ ਭੇਜ ਦਿੰਦੇ ਸੀ ਸ਼ੇਰ ਨੂੰ ਵੀ ਜੇ ਬੱਕਰੀਆਂ ਚਾਰ ਕਿਲੋ Thank you.
بابا بلواك سنگ سوڑے والے پڑھ جاندے دسنا پتر کو او بچنی شاہ دا گھر جتھے شیر وچیاں چار دوارا بڑھن شادہ تے جتھے شیر بکریاں چارے گرنانک دی کیتی سنگت سان سنگے دی آج دنیا چے ستکار جوگ پوجن جوگ ہو گئے بابا آتر سنگھ مہارج دی سنگت کیتی سنت بابا بشن سنگھ مہارج کانجلے والے آنے تے آج سارے اپا سان سنگے جی گروہ نال جڑے ہویا تے پوجن جوگ ہو گئے اوی اکھو ستنا جنوں گرو ارجن صاحب جی نے کہے تن 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 جانے آیا تین واری تن آنا بھی تن سنسار تے رہنا بھی تن آن لگیاں بھی جنم دہاڑیاں دے روپ وچ رب نال دنیا جڑ دی رہندے نے پھر بھی دنیا نوں جوڑ دے نے آ جدوں جاندے نے ہن بھی جوڑے بیٹھے ہاں خوشت نال تن 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 جانے آیا جس پرشاد سو جگ پرایا جن آون کاہے سو آؤ جن کا سنگ چت آوے ناؤ آپ مکت مکت کرے سنسار نانک تس جن کو سدا نمشکار سمجھیاں سنگتاں دا دھنواد ہے گردوارا صاحب دی پربندک کمیٹی دا دھنواد ہے بہت سونا ارینجمنٹ پروگرام کیتا ہوئے تے تہاڈا اپنا یہ جتھے سنت بابا طوطا پوری مہاراج جی دے پتر سنت بابا بلوانت سنگھ نتی ساکھیاں سناؤندے سی بابا طوطا پوری جی سنت بابا ایسر سنگھ جی گڈی کھلار کے مہاپرکھاں نوں مل کے لنگدے ہوندے سی بابا طوطا پوری جی تہاڈے علاقے دے سنت سی تے ساہ سنگے جی اتھوں بالے وال دی سنگت بلوں ہی اتھے ڈیرے دے وچ پہلا کمرہ بنایا مہاپرکھ ویسے سنت تھلے بیٹھے نہیں بابا طوطا پوری جی پر جڑا کمرہ رسوئی ہے جتھے ہن اپنی اور رسوئی والا کمرہ تہاڈے والے وال دی سنگت نے بنایا سی بابا طوطا پوری جی واسطے آکھو ستنا یہ تاں پتہ نہیں کنے کے چر تو ساہ سنگے جی نگر جڑیا ہویا اینے بھاگ چنگے اینے بھاگ سنت ایک ملدے کلاں تر جاندیاں نے کنے سنتاں دے بابا اتر سنگھ جی دے درشن سنت بابا وشر سنگھ مہاراج جی دے درشن سنت بابا بلوانت سنگھ سیوڑے والے دے درشن پتہ نہیں ہور کنے کے مہاپرکھاں دے تسی درشن کیتے نے تہاڈا نگر کرما والا سارے جڑ کے بھائی رل مل کے اے جڑے پروگرام نے کریا کرو انہاں نے ساڈی خاطر اپنا جیون لکھے لاتا کمائیاں کیتیاں نے آپاں سارے رل کے ایک جٹ ہو کے سب نوں برابر لے کے تے سارے دھرماں دا آپاں سانجھا اپدیش کھتری برہمن سور بیس اپدیش چوں ورنا کو سانجھا جو شرنا آوے تو سکنٹ لاوے جو جڑا شبد ہے بہو وچن ہے جو شرنا آوے مارے کہندے کوئی بھی آ گیا تے سکنٹ لاوے ساڈا حق بندا ہے اسی کنٹھ نہ لائیے پال ستکار جت کریے آؤ سمچی پربندک کمیٹی والوں اسی پربندک کمیٹی دا دھنواد کر دیں اور پربندک کمیٹی والوں نگر نواسیاں والوں جنیاں بھی گرو سکھ سنگتانیاں نے ساریاں گرو سکھ سنگتان دا دھنواد سب تو وڈا دھنواد کٹان کوٹ ویر شکر گرو گرنتھ صاحب جی دا جنہاں نے اس طرح سانوں کھلے درشن دوارے بخشش کیتے کل دا جان دیوان ایک باقی ہے وہ مہاپرکھاں والوں سجایا جانے ود تو ود ساری سنگت نے پھر پہنچ کے تسی نے لاہے پراپت کرنے نے ہن ہویاں پلاں تے کھیماں پوتر بانی ہے ساہ سنگے جی شبد ادھر ادھر ہو جاندے آپ سنگت گرو روپ دھن گرو گرنتھ صاحب جی بخشن جوگ نے سات گرو بخش لینا اگے واسطے کرنی شدھتا دی ارداس تہاڈے چرناں دے داس ہاں اتھے نیڑے ہاں جدوں بھی ضرورت ہے تسی بس ماڑا جا فون کر دینا اسی وہ سنت نہیں وہ مہاپرکھ نہیں بھی ساہ سنگت کئی کئی گیڑے کڑھاؤ پھر آنا فون کرو گے تہاڈے کول حاضر ہاں اسی تے آپاں سارے رل مل کے مہاپرکھاں دے گن گاؤنے
ਆਓ ਅਨੰਦ ਸਾਹਿਬ ਦੀ ਬਾਣੀ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਾਂਗੇ ਜੀ ستغر برشاي انا بيا مري معي ترجمة